ਤਾਂ ਜੀ ਸਿੱਧੂ ਮੂਸੇਵਾਲੇ ਦੀ ਆਉਣ ਵਾਲੀ ਐਲਬਮ ਦੇ ਬਾਰੇ ਇੱਕ ਵੱਡਾ ਖੁਲਾਸਾ ਕਰਨ ਆਇਆ ਦੋਸਤੋ। ਤਾਂ ਦੋਸਤੋ ਜਿਹੜੇ ਵੀ ਫੈਨ ਸਿੱਧੂ ਮੂਸੇਵਾਲੇ ਦੇ ਵੀਡੀਓ ਦੇਖ ਰਹੇ ਹਨ, ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਵੋ, ਤਾਂ ਕਿ ਦੋਸਤੋ ਤੁਹਾਨੂੰ ਸਿੱਧੂ ਮੂਸੇਵਾਲੇ ਦੀ ਛੋਟੀ ਵੱਡੀ ਅਪਡੇਟ ਆ ਉਹ ਹਰ ਵੀਡੀਓ ਦੇ ਵਿੱਚ ਮਿਲ ਸਕੇ। ਤਾਂ ਦੋਸਤੋ ਜਿਵੇਂ ਕਿ ਆਪ ਸਭ ਨੂੰ ਵਧੀਆ ਕਿ ਸਿੱਧੂ ਮੂਸੇਵਾਲੇ ਦੀ ਐਲਬਮ ਆਉਣੀ ਹੈ, ਤਾਂ ਦੋਸਤੋ ਸਿੱਧੂ ਮੂਸੇਵਾਲੇ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਹੋਰ ਪੋਸਟ ਪਾ ਦਿੱਤੀ ਹੈ ਜੋ ਕਿ ਐਲਬਮ ਦਾ ਨਾਮ ਅਤੇ ਐਲਬਮ ਦਾ ਕਵਰ ਫੋਟੋ ਆਪਣੇ ਇੰਸਟਾਗ੍ਰਾਮ ਦੀ ਪੋਸਟ ਵਿੱਚ ਪਾ ਦਿੱਤੀ ਹੈ। ਤਾਂ ਦੋਸਤੋ ਜੋ ਕਿ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਤਾਂ ਐਲਬਮ ਦਾ ਨਾਮ ਮੂਸਾ ਟੇਪ ਹੈ ਅਤੇ ਇਸ ਟੇਪ ਦੇ ਵਿੱਚ 14 ਤੋਂ 15 ਗਾਣੇ ਆ ਜੋ ਸਿੱਧੂ ਮੂਸੇਵਾਲੇ ਦੇ ਦੱਸੇ ਜਾ ਰਹੇ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਇਹ ਐਲਬਮ ਹੈ ਜੋ 14 ਮਾਰਚ ਨੂੰ ਛੱਡੀ ਜਾਵੇਗੀ। ਬਾਕੀ ਦੋਸਤੋ ਇਸ ਬਾਰੇ ਕੋਈ ਹਜੇ ਫਾਈਨਲ ਫੈਸਲਾ ਨਹੀਂ ਹੋਇਆ, ਮਤਲਬ ਕਿ ਸਿੱਧੂ ਮੂਸੇਵਾਲੇ ਵੱਲੋਂ ਕੋਈ ਵੀ ਅਨਾਊਂਸਮੈਂਟ ਨਹੀਂ ਹੋਈ, ਪਰ ਮੂਸਾ ਟੇਪ ਦਾ ਪੋਸਟਰ ਇੰਸਟਾਗ੍ਰਾਮ ਦੇ ਉੱਤੇ ਪਾ ਦਿੱਤਾ ਹੈ ਸਿੱਧੂ ਮੂਸੇਵਾਲੇ ਨੇ, ਜਾ ਕੇ ਤੁਸੀਂ ਦੇਖ ਸਕਦੇ ਹੋ। ਧੰਨਵਾਦ ਦੋਸਤੋ, ਮਿਲਦੇ ਹਾਂ ਹੋਰ ਅਪਡੇਟਾਂ ਨਾਲ।